दोस्तों नमस्कार सत श्री अकाल। असं आयुर्वेद केयर सेंटर चंडीगढ़ तो डॉक्टर सुभाष कटाणा बोल रहे हैं। हर बारी दसने कि हरिदल गुरुकुल तो पास आउट है, उसका इफेक्ट समाज किस तरीके लेंदा है। मेरे सामने बैठे ने सरदार जोगा सिंह जी, डिस्ट्रिक्ट कपूरथला तो आते साढ़े को, आर्मी तो रिटायर ने। सरकार वालों हर तरीके का इलाज फ्री है और फ्री की सेवा ली भी है, डॉक्टर तो भी कराया इलाज। इन्हों के पेसमेकर भी लगे वा तो स्टंट भी पे हुए हैं, एनजियोग्राफी भी 9-10 बारी किन्नी बारी हुई भी है। अजीब केस है, समझने की गल है, फिर भी बंदा परेशान। असी सिर्फ अजे सब इन्हों 1.5 महीना होया इलाज करांदिया नूं, असी 1.5 महीने की क्या साड़ी रिपोर्ट है, क्या परफॉर्मेंस है, क्या साड़ी रिकवरी है। सरदार जोगा सिंह जी आपकी जबानी गुरु महाराज नूं हाजिर नाजिर करके समाज नूं ਤੁਹਾਡੇ ਵਰਗੇ ਪਰੇਸ਼ਾਨ ਲੋਕ ਹੋਰ ਵੀ। ਸਤਿ ਸ਼੍ਰੀ ਅਕਾਲ ਜੀ, ਮੈਂ ਜੋਗਾ ਸਿੰਘ, ਪਿੰਡ ਮੰਗਿਆਲ ਜ਼ਿਲ੍ਹਾ ਕਪੂਰਥਲਾ ਰਹਿਣ ਵਾਲਾ ਹਾਂ। ਮੈਂ ਵੱਡੇ ਵੱਡੇ ਹੋਸਪਿਟਲਾਂ ਦੇ ਵਿੱਚ ਆਪਣਾ ਇਲਾਜ ਕਰਾਇਆ, ਉਹਨਾਂ ਜਦੋਂ ਜਾਣਾ ਐਂਜੀਓਗ੍ਰਾਫੀ ਕਰ ਦੇਣੀ ਆ, ਪੀਸਮੇਕਰ ਪਾ ਦੇਣੇ ਆ, ਈਕੋ ਕਰ ਦੇਣੀ ਆ, ਅਤੇ ਮੈਨੂੰ ਬਿਲਕੁਲ ਮੈਨੂੰ ਸਾਹ ਇੰਨਾ ਚੜ੍ਹਦਾ ਸੀਗਾ ਕਿ ਮੈਂ ਆਪਣਾ 10 ਕਦਮ ਵੀ ਤੁਰ ਨਹੀਂ ਸਕਦਾ। ਫਿਰ ਮੇਰੇ ਬੱਚਿਆਂ ਨੇ ਬਾਹਰ ਵੀਡੀਓ ਦੇਖੀ ਇਹਨਾਂ ਦੀ, ਉਹਨਾਂ ਨੇ ਮੈਨੂੰ ਐਡਰੈਸ ਦਿੱਤਾ, ਮੈਂ ਇੱਥੇ ਆਇਆ ਇਹਨਾਂ ਕੋਲ 1.5 ਮਹੀਨਾ ਹੋ ਗਿਆ ਦਵਾਈ ਖਾਂਦਿਆਂ ਨੂੰ, ਅਤੇ ਮੈਂ ਹੁਣ ਚੱਲ ਫਿਰ ਵੀ ਸਕਦਾ ਵਾਂ ਅਤੇ ਸਾਹ ਵੀ ਬਹੁਤ ਘੱਟ ਚੜ੍ਹਦਾ ਵਾ, ਅਤੇ ਮੈਂ ਬਿਲਕੁਲ ਠੀਕ ਹਾਂ। ਮੈਂ ਤਾਂ ਇਹੋ ਕਹਿੰਦਾ ਵਾਂ ਦੂਸਰਿਆਂ ਨੂੰ ਵੀ ਕਿ ਤੁਸੀਂ ਚੰਗੇ ਆਪਣੇ ਡਾਕਟਰਾਂ ਦੇ ਕੋਲ ਇਲਾਜ ਕਰਵਾਓ। ਦੋਸਤੋ ਇਹ ਸਿਰਫ ਛੋਟਾ ਜਿਹਾ ਇੱਕ ਤੁਹਾਨੂੰ ਮੈਸੇਜ ਹੈ ਕਿ ਆਯੁਰਵੇਦ ਸਾਇੰਸ ਹੋਲਿਸਟਿਕ ਸਾਇੰਸ ਹੈ, ਅਸੀਂ ਤੁਹਾਡੇ ਨਾਲ ਚੰਗੇ ਡਟ ਕੇ ਖੜਾਂਗੇ। ਟਰੱਸਟ ਕਰੋ ਆਯੁਰਵੇਦ 'ਤੇ ਅਤੇ ਸੁੱਖ ਪਾਓ। ਨਮਸਕਾਰ, ਸਤਿ ਸ਼੍ਰੀ ਅਕਾਲ।